रेडी ਲੋਕ ਕਥਾ ਲੋਕ ਸਾਹਿਤ ਦਾ ਮਹੱਤਮਪੂਰਨ ਰੂਪ ਹੈ ਡੰਡੀ ਇਸ ਦਾ ਜਨਮ ਆਦ ਮਾਨਵ ਦੁਆਰਾ ਕੀਤੇ ਵਿਛਾਲ ਪ੍ਰਕਿਰਤੀ ਸੰਘਰਸ਼ ਵਿੱਚੋਂ ਹੋਇਆ ਹੈ ਡੰਡੀ ਲੋਕ ਕਥਾਵਾਂ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਇਨ੍ਹਾਂ ਵਿੱਚ ਮਨੁੱਖ ਨੇ ਆਪਣੇ ਸੱਭਿਆਚਾਰਕ ਵਰਸੇ ਨੂੰ ਸੰਭਾਲ ਕੇ ਰੱਖਿਆ ਹੈ ਡੰਡੀ ਇਨ੍ਹਾਂ ਕਥਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਡੰਡੀ ਦੁਨੀਆ ਦੇ ਸਭ ਤੋਂ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਵੀ ਇਨ੍ਹਾਂ ਕਥਾਵਾਂ ਦੇ ਅੰਸ਼ ਮਿਲਦੇ ਹਨ ਡੰਡੀ ਆਲੋਚਕਾਂ ਨੇ ਲੋਕ ਕਥਾ ਦੇ ਸਮਾਨਾਰਥਕ ਕਈ ਸ਼ਬਦ ਪ੍ਰਚਲਿਤ ਕੀਤੇ ਹਨ ਜਿਵੇਂ ਲੋਕ ਬਾਰਤਾ ਬਾਤ ਕਥਾ ਅਤੇ ਫੋਕ ਟੇਲ ਆਦ ਲੋਕ ਬਾਰਤਾ ਸ਼ਬਦ ਨਿਰੋਲ ਬਰਤਾਂਤ ਬਲ ਇਸ਼ਾਰਾ ਕਰਦਾ ਹੈ ਡੰਡੀ ਕਥਾ ਸ਼ਬਦ ਭਾਵੇਂ ਸੰਸਕ੍ਰਿਤ ਭਾਸ਼ਾ ਦਾ ਹੈ ਤੇ ਸੰਸਕ੍ਰਿਤ ਵਿੱਚ ਕਥਾ ਸ਼ਬਦ ਦੀ ਵਰਤੋਂ ਕਹਾਣੀ ਲਈ ਕੀਤੀ ਜਾਂਦੀ ਹੈ ਪਰੰਤੂ ਇਹ ਸ਼ਬਦ ਧਾਰਮਿਕ ਭਾਵਨਾ ਨੂੰ ਪ੍ਰਗਟ ਕਰਦਾ ਹੈ ਡੰਡੀ ਇਸ ਤਰ੍ਹਾਂ ਅਜਿਹਾ ਕੋਈ ਸ਼ਬਦ ਨਹੀਂ ਜੋ ਲੋਕ ਕਥਾ ਦੀ ਅਭਿਵਿਅਕਤੀ ਪੂਰੀ ਤਰ੍ਹਾਂ ਪੇਸ਼ ਕਰਦਾ ਹੋਵੇ ਡੰਡੀ ਜੇਕਰ ਅੰਗਰੇਜ਼ੀ ਦੇ ਸ਼ਬਦ ਟੇਲ ਲਈ ਪੰਜਾਬੀ ਵਿੱਚ ਕਹਾਣੀ ਸ਼ਬਦ ਵਰਤ ਲਿਆ ਜਾਵੇ ਅਤੇ ਲੋਕ ਨਾਲ ਇਸ ਨੂੰ ਜੋੜ ਦਿੱਤਾ ਜਾਵੇ ਤਾਂ ਇਹ ਬਸ਼ਿਜਤ ਬਸ਼ਿਸਤ ਸਾਹਿਤੋਂ ਵੱਖ ਹੋ ਕੇ ਫੋਕਟੇਲ ਵਾਲੀ ਵਿਸਤ੍ਰਿਤ ਭਾਵਨਾ ਦਾ ਲਿਖਾਇਕ ਹੋ ਜਾਵੇਗਾ ਡੰਡੀ ਲੋਕ ਕਥਾ ਨੂੰ ਪਰਿਭਾਸ਼ਿਤ ਕਰਨ ਲੱਗਿਆਂ ਚਿੰਤਕਾਂ ਨੇ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਆਪਣੇ ਵਿਚਾਰ ਪ੍ਰਗਟਾਏ ਹਨ ਡੰਡੀ ਬੰਜਾਰਾ ਵੇਦੀ ਨੇ ਲੋਕ ਕਥਾ ਲਈ ਬਾਤ ਤੇ ਜੋਗਿੰਦਰ ਸਿੰਘ ਕੈਰੋਂ ਰੈਡੀ ਨੇ ਲੋਕ ਭਾਰਤ ਦੇ ਬਿਰਤਾਂਤ ਦੀ ਸੰਗਿਆ ਦਿੱਤੀ ਹੈ ਡੰਡੀ ਕਰਨੈਲ ਸਿੰਘ ਥਿੰਦ ਨੇ ਲੋਕ ਕਥਾ ਨੂੰ ਲੋਕ ਕਹਾਣੀ ਕਰਕੇ ਦੱਸਿਆ ਹੈ ਡੰਡੀ ਉਹਨਾਂ ਅਨੁਸਾਰ ਲੋਕ ਕਹਾਣੀ ਤੋਂ ਭਾਵ ਅਜਿਹਾ ਪ੍ਰੰਪਰਾਗਤ ਬਰਤਾਂਤ ਹੈ ਜਿਸ ਵਿੱਚ ਲੋਕ ਮਾਨਸ ਦੀ ਅਭਿਵਿਅਕਤੀ ਹੋਣੇ ਅਤੇ ਲੋਕ ਸਮੂਹ ਨੇ ਜਿਸ ਨੂੰ ਪ੍ਰਵਾਨਗੀ ਦੇ ਕੇ ਪੀੜੀਦਰ ਪੀੜੀ ਅੱਗੇ ਤੋਰਿਆ ਹੋਵੇ ਲੋਕ ਕਥਾਵਾਂ ਦਾ ਘੇਰਾ ਬਹੁਤ ਵਿਸ਼ਾਲ ਹੈ ਡੰਡੀ ਲੋਕ ਚੇਤਨਾ ਤੇ ਲੋਕ ਕਲਪਨਾ ਦੀ ਪਕੜ ਵਿੱਚ ਜੋ ਕੁਝ ਵੀ ਆਉਂਦਾ ਹੈ ਉਹ ਸਭ ਲੋਕ ਕਥਾਵਾਂ ਦਾ ਵਿਸ਼ਾ ਪੰਦਾ ਹੈ ਡੰਡੀ ਲੋਕ ਕਥਾਵਾਂ ਵਿਚ ਲਿਆਏ ਰਿਸ਼ਤਾ ਨਾਤਾ ਪ੍ਰਬੰਧ ਬਾਰੇ ਦੱਸਣ ਤੋਂ ਪਹਿਲਾਂ ਰਿਸ਼ਤਾ ਨਾਤਾ ਪ੍ਰਬੰਧ ਬਾਰੇ ਮੂਲ ਜਾਣਕਾਰੀ ਦੇਣੀ ਜ਼ਰੂਰੀ ਹੈ ਡੰਡੀ ਕਿਸੇ ਸੱਭਿਆਚਾਰ ਦੀ ਸਿਰਜਣ ਪ੍ਰਕਿਰਿਆ ਵਿੱਚ ਰਿਸ਼ਤਿਆਂ ਦਾ ਮਹੱਤਮ ਪੂਰਨ ਯੋਗਦਾਨ ਹੁੰਦਾ ਹੈ ਡੰਡੀ ਮਨੁੱਖੀ ਰਿਸ਼ਤਿਆਂ ਦਾ ਮੂਲ ਆਧਾਰ ਮਨੁੱਖੀ ਸਾਕਾਦਾਰੀ ਪ੍ਰਬੰਧ ਹੈ ਡੰਡੀ ਸਾਕਾਦਾਰੀ ਹੀ ਰਿਸ਼ਤਿਆਂ ਦੀ ਸਿਰਜਣਾ ਕਰਦੀ ਹੈ ਡੰਡੀ ਇਨ੍ਹਾਂ ਰਿਸ਼ਤਿਆਂ ਤੋਂ ਬਿਨਾ ਮਨੁੱਖ ਕਿਸੇ ਸਮਾਜ ਦੇ ਰਹਿਣ ਸਹਿਣ ਪਰੰਪਰਾਵਾਂ ਅਤੇ ਜ਼ਿੰਦਗੀ ਦੇ ਬੱਖ-ਬੱਖ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਜੇਕਰ ਸੱਭਿਆਚਾਰ ਦੀ ਆਧਾਰ ਭੂਮੀ ਹੈ ਤਾਂ ਰਿਸ਼ਤੇ ਸਮਾਜ ਦਾ ਆਧਾਰ ਹਨ ਡੰਡੀ ਇਸ ਲਈ ਤਾਂ ਰਿਸ਼ਤੇਦਾਰੀ ਨੂੰ ਸਮਾਜਿਕ ਸੰਗਠਨ ਦਾ ਕੇਂਦਰ ਬਿੰਦੂ ਕਿਹਾ ਜਾਂਦਾ ਹੈ ਡੰਡੀ ਮਨੁੱਖ ਦੁਆਰਾ ਸਿਰਜਤ ਇਹ ਰਿਸ਼ਤੇ ਕੇਵਲ ਸਮਾਜਿਕ ਸ਼ਕਤੀ ਦਾ ਹੀ ਮੂਲ ਆਧਾਰ ਨਹੀਂ ਬਲਕਿ ਕਿਸੇ ਵਿਅਕਤੀ ਦੀ ਸਮਾਜਿਕ ਪਛਾਣ ਦਾ ਵੀ ਆਧਾਰ ਹਨ ਡੰਡੀ ਦੂਜਾ ਪੈਰਾ ਰੈਡੀ ਮਨੁੱਖ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਉੱਤੇ ਵੱਖ-ਵੱਖ ਰਿਸ਼ਤੇ ਬਣਾਉਂਦਾ ਹੈ ਡੰਡੀ ਮਨੁੱਖੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਕੇਵਲ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਡੰਡੀ ਆਦ ਮਨੁੱਖ ਪਹਿਲਾਂ ਜੰਗਲਾਂ ਵਿੱਚ ਰਹਿੰਦਾ ਸੀ ਫਿਰ ਜੰਗਲਾਂ ਤੋਂ ਟੋਲੀਆਂ ਵਿੱਚ ਰਹਿਣ ਲੱਗਾ ਡੰਡੀ ਇਹ ਟੋਲੀਆਂ ਬਾਅਦ ਵਿੱਚ ਕਬੀਲਿਆਂ ਦਾ ਰੂਪ ਧਾਰਨ ਕਰ ਗਈਆਂ ਡੰਡੀ ਜਦੋਂ ਮਨੁੱਖ ਨੇ ਕਬੀਲਿਆਂ ਵਿੱਚੋਂ ਸਮਾਜ ਵਿੱਚ ਪੈਰ ਧਰਿਆ ਤਾਂ ਮਨੁੱਖ ਵਿੱਚ ਨਿੱਜੀ ਜਾਇਦਾਦ ਦੀ ਭਾਵਨਾ ਪੈਦਾ ਹੋਈ ਡੰਡੀ ਇਸ ਤੋਂ ਬਾਅਦ ਮਨੁੱਖੀ ਰਿਸ਼ਤੇ ਪੈਦਾ ਹੋਏ ਡੰਡੇ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਉਸ ਸਮੇਂ ਔਰਤ ਤੇ ਮਰਦ ਵਿਚਕਾਰ ਸੰਬੰਧ ਪਸ਼ੂਆਂ ਵਾਲੇ ਸਨ ਡੰਡੇ ਜਦੋਂ ਮਨੁੱਖ ਸਮਾਜ ਵਿੱਚ ਰਹਿਣ ਲੱਗਾ ਤਦ ਉਸ ਦੀ ਸੁਚਾਰੂ ਸੋਚ ਨੇ ਔਰਤ ਮਰਦ ਦੇ ਸੰਬੰਧ ਨੂੰ ਚਲਾਉਣ ਲਈ ਵਿਆਹ ਦੀ ਪ੍ਰਥਾ ਸ਼ੁਰੂ ਕੀਤੀ ਡੰਡੀ ਵਿਆਹ ਕਾਮ ਸਬੰਧਾਂ ਨੂੰ ਕਾਇਦੇ ਕਾਨੂੰਨ ਵਿੱਚ ਰੱਖਣ ਲਈ ਇੱਕ ਮਜ਼ਬੂਤ ਪ੍ਰਬੰਧ ਸਾਬਤ ਹੋਇਆ ਡੰਡੀ ਵਿਆਹ ਕੇਵਲ ਕਾਮ ਭੋਗ ਨਾਲ ਸੰਬੰਧਿਤ ਹੀ ਨਹੀਂ ਸਗੋਂ ਇਸ ਨਾਲ ਔਰਤ ਮਰਦ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵੱਧ ਜਾਂਦੀਆਂ ਹਨ ਡੰਡੀ ਏ ਇੱਕ ਅਜਿਹਾ ਨਿਯਮ ਵਿਧਾਨ ਹੈ ਜਿੱਥੋਂ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ ਡੰਡੀ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਸ਼ਾਮਲ ਰਿਸ਼ਤਿਆਂ ਨੂੰ ਬੰਜਾਰਾ ਬੇਦੀ ਨੇ ਦੋ ਭਾਗਾਂ ਵਿੱਚ ਵੰਡਿਆ ਹੈ ਡੰਡੀ ਲਹੂ ਦੇ ਰਿਸ਼ਤੇ ਅਤੇ ਅਲਹੂ ਦੇ ਰਿਸ਼ਤੇ ਡੰਡੀ ਉਸ ਅਨੁਸਾਰ ਲਹੂ ਦੇ ਰਿਸ਼ਤੇ ਉਸ ਨੂੰ ਰੱਬੋਂ ਦਾਤ ਮਿਲਦੇ ਹਨ ਜੋ ਸਹਿਜ ਭਾਵ ਵਿੱਚ ਹੀ ਰੈਡੀ ਉਸ ਦੇ ਜੀਵਨ ਦਾ ਅੰਗ ਬਣ ਜਾਂਦੇ ਹਨ ਪਰ ਅਲਹੁ ਦੇ ਰਿਸ਼ਤੇ ਉਹ ਖੁਦ ਸਿਰਜਦਾ ਅਤੇ ਜੀਵਨ ਵਿੱਚ ਰਚਾਂਦਾ ਹੈ ਡੰਡੀ ਪਹਿਲਿਆਂ ਨਾਲ ਉਹ ਜਨਮ ਸਦਕਾ ਵੱਜਾ ਹੁੰਦਾ ਹੈ ਅਤੇ ਦੂਜਿਆਂ ਨਾਲ ਮਨ ਸਦਕਾ ਡੰਡੀ ਰਿਸ਼ਤਾ ਨਾਤਾ ਪ੍ਰਬੰਧ ਦੇ ਵਰਗੀਕਰਨ ਨੂੰ ਹਰੇਕ ਵਿਦਵਾਨ ਨੇ ਆਪੋ ਆਪਣੇ ਢੰਗ ਅਤੇ ਲਿਆਕਤ ਨਾਲ ਪ੍ਰਗਟਿਆ ਹੈ ਡੰਡੀ ਪਰਿਵਾਰ ਰਿਸ਼ਤਾ ਨਾਤਾ ਪ੍ਰਬੰਧ ਦੀ ਅਜਹੀ ਇਕਾਈ ਹੈ ਜਿਹੜੀ ਰਿਸ਼ਤਿਆਂ ਦੀ ਸਿਰਜਣਾ ਵਿੱਚ ਬੁਨਿਆਦੀ ਰੋਲ ਅਦਾ ਕਰਦੀ ਹੈ ਡੰਡੀ ਪਰਿਵਾਰ ਵਿੱਚ ਹੀ ਇੱਕ ਬੱਚਾ ਖਾਨਦਾਨ ਅਤੇ ਫਿਰ ਸਮੁੱਚੇ ਸਮਾਜ ਵਿੱਚ ਰਹਿਣ ਦੇ ਸਮਰੱਥ ਬਣਦਾ ਹੈ ਡੰਡੀ ਸੱਭਿਆਚਾਰ ਚਾਹੇ ਪੰਜਾਬੀ ਹੋਵੇ ਜਾਂ ਭਾਰਤੀ ਰਿਸ਼ਤੇ ਦੋਹਾਂ ਵਿੱਚ ਹੀ ਮਹੱਤਮਪੂਰਨ ਹਨ ਡੰਡੀ ਸਮਾਜ ਵਿੱਚ ਪਰਿਵਾਰ ਬਰਾਦਰੀ ਨਾਤੇਦਾਰੀ ਆਦ ਨੇੜੇ ਦੇ ਰਿਸ਼ਤਿਆਂ ਤੋਂ ਬਿਨਾ ਇਨਸਾਨੀਅਤ ਦੇ ਰਿਸ਼ਤੇ ਵੀ ਮਹੱਤਮਪੂਰਨ ਹਨ ਡੰਡੀ ਇੱਕ ਵਿਅਕਤੀ ਦਾ ਦੂਜੇ ਵਿਅਕਤੀ ਨਾਲ ਭਾਵੇਂ ਖੂਨ ਦਾ ਰਿਸ਼ਤਾ ਨਾ ਹੋਵੇ ਪਰ ਫਿਰ ਵੀ ਉਹ ਇਨਸਾਨੀਅਤ ਦੇ ਨਾਤੇ ਆਪਾਬਾਰਨ ਦੀ ਭਾਵਨਾ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ ਡੰਡੀ ਮਨੁੱਖੀ ਰਿਸ਼ਤਿਆਂ ਦੇ ਵਿਗਿਆਨ ਐਦਾਂ ਅਧਿਐਨ ਨੂੰ ਪੱਛਮੀ ਵਿਦਵਾਨਾਂ ਨੇ ਹੀ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ ਡੰਡੀ ਰਿਸ਼ਤਾ ਨਾਤਾ ਪ੍ਰਬੰਧ ਦੇ ਵਿਗਿਆਨਕ ਪੱਖ ਤੋਂ ਮਾਨਵ ਵਿਗਿਆਨੀਆਂ ਨੇ ਇਸ ਦੀ ਤੁਲਨਾ ਭਾਸ਼ਾ ਵਿਗਿਆਨ ਨਾਲ ਕੀਤੀ ਹੈ ਡੰਡੀ ਉਸ ਨੇ ਭਾਸ਼ਾ ਦੇ ਫੋਨੀਮਾ ਬਾੰਗ ਸਮਾਜਿਕ ਵਰਤਾਰੇ ਸਾਾਕਾਦਾਰੀ ਵਿਆਹ ਦੇ ਕਾਨੂੰਨ ਤੇ ਸੰਸਕ੍ਰਿਤੀ ਹਰ ਖੇਤਰ ਦਾ ਅਧਿਐਨ ਵਿਰੋਧ ਅਤੇ ਟੱਕਰੇ ਦੇ ਤੌਰ ਤੇ ਪੇਸ਼ ਕੀਤਾ ਡੰਡੀ